ਸਵਾਗਤ ਹੈ ਪੀਟੀਸੀ ਨਿਊਜ਼ ਵਿੱਚ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਖਾਸ ਮੁਲਾਕਾਤ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜਕੱਲ੍ਹ ਸਿਆਸੀ ਮਾਹੌਲ ਖਾਸਾ ਗਰਮਾਇਆ ਪਿਆ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਹ ਮਾਹੌਲ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਅਗਲੇ 6 ਮਹੀਨੇ ਦੇ ਵਿੱਚ ਇਲੈਕਸ਼ਨ ਹੋਣ ਵਾਲੀ ਹੈ ਕਿਉਂਕਿ ਚੋਣਾਂ ਦੇ ਨੇੜੇ ਤੇੜੇ ਮਾਹੌਲ ਬਣਦਾ ਹਲੇ ਚੋਣਾਂ ਦੂਰ ਨੇ ਅਜਿਹੀ ਸਿਆਸਤ ਕਰਨ ਦੀ ਜ਼ਰੂਰਤ ਸਿਆਸੀ ਪਾਰਟੀਆਂ ਨੂੰ ਕਿਉਂ ਪੈ ਗਈ ਕਿਉਂਕਿ ਆਮ ਤੌਰ ਤੇ ਤਾਂ ਅਸੀਂ ਇਹ ਵੇਖਦੇ ਤੇ ਸੁਣਦੇ ਆਏ ਹਾਂ ਕਿ ਵਿਰੋਧੀ ਧਿਰਾਂ ਸਾਰਾ 5 ਸਾਲ ਹੀ ਰੈਲੀਆਂ ਧਰਨੇ ਪ੍ਰਦਰਸ਼ਨ ਕਰਦੀਆਂ ਰਹਿੰਦੀਆਂ ਨੇ ਪਰ ਕੀ ਕਦੇ ਸਰਕਾਰ ਵੀ ਅਜਿਹੀ ਰੈਲੀ ਕਰਦੀ ਹੈ ਜੋ ਦੇਖਣ ਨੂੰ ਮਿਲੀਏ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕ ਸ਼ਰਮਣੀ ਅਕਾਲੀ ਦਲ ਦੇ ਇੱਕ ਚੰਗੇ ਕਦਾਵਰ ਲੀਡਰ ਮੰਨੇ ਜਾਂਦੇ ਨੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਾਹਿਬ ਸਾਡੇ ਨਾਲ ਮੌਜੂਦ ਨੇ ਨੈਸ਼ਨਲ ਜਰਨਲ ਸਕੱਤਰ ਨੇ ਸ਼ਰਮਣੀ ਅਕਾਲੀ ਦਲ ਦੇ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਰਨਲ ਸਕੱਤਰ ਨੇ ਬਹੁਤ-ਬਹੁਤ ਸਵਾਗਤ ਹੈ ਸਿਰਸਾ ਸਾਹਿਬ ਜੀ ਜੀ ਖਾਲਸਾ ਵਰਜੀ ਜੀ ਬਹੁਤ سارے ਸਵਾਲ ਤੁਹਾਡੇ ਤੋਂ ਕਰਨੇ ਨੇ ਔਰ ਉਮੀਦ ਕਰਦੇ ਹਾਂ ਕਿ ਸ਼ਾਇਦ ਸਵਾਲ ਗਰਮ ਹੋਣ ਤਾਂ ਤੁਸੀਂ ਥੋੜੇ ਠੰਡੇ ਰਹਿ ਕੇ ਜਵਾਬ ਦਿਓ ਕਿਉਂਕਿ ਕਹਿੰਦੇ ਨੇ ਸਿਰਸਾ ਸਾਹਿਬ ਨਾਲ ਜਦੋਂ ਸਵਾਲ ਕਰਦੇ ਆ ਤੇ ਉਹ ਬੋਲਦੇ ਜਿਆਦਾ ਨਹੀਂ ਸਵਾਲ ਕਰਨ ਵਾਲ ਨੂੰ ਘੱਟ ਟਾਈਮ ਦਿੰਦੇ ਨੇ ਸਿਰਸਾ ਸਾਹਿਬ ਸ ਵਿਰੋਧੀ ਧਿਰਾਂ ਵੀ ਕਹਿੰਦੀਆਂ ਨੇ ਆਮ ਲੋਕ ਵੀ ਇਹ ਕਹਿੰਦੇ ਨੇ ਕਿ ਅਕਾਲੀ ਦਲ ਦੇ ਵਿੱਚ ਸਭ ਕੁਝ ਠੀਕ ਨਹੀਂ ਉਹ ਪਾਰਟੀ ਜੋ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਵਾਰ-ਵਾਰ ਤੁਸੀਂ ਜਾਂ ਤੁਹਾਡੇ ਲੀਡਰ ਹਵਾਲਾ ਦਿੰਦੇ ਨੇ ਕਿ ਪੰਥਕ ਪਾਰਟੀ ਹੈ ਬੜੇ ਚਿਰ ਤੋਂ ਪੁਰਾਣੀ ਪਾਰਟੀ ਹੈ ਠੀਕ ਹੈ ਪੁਰਾਣੀ ਪਾਰਟੀ ਹੈ ਪੰਥਕ ਪਾਰਟੀ ਵੀ ਹੋएगी ਪਰ ਉਤਾਰ ਚੜਾ ਹਰ ਪਾਰਟੀ ਦੇ ਵਿੱਚ ਆਉਂਦੇ ਨੇ ਪਰ ਲੱਗਦਾ ਨਹੀਂ ਕਿ ਨਿਗਾਰਤਾਵਲ ਜਾ ਰਹੀ ਹੈ ਅਕਾਲੀ ਦਲ ਪਹਿਲੀ ਗੱਲ ਤੇ ਹੈ ਕਿ ਇਹ ਇੱਕ ਯਕੀਨੀ ਤੌਰ ਤੇ ਬਹੁਤ ਵੱਡੀ ਪਾਰਟੀ ਹੈ ਔਰ ਡੈਮੋਕ੍ਰੈਟਿਕ ਸਿਸਟਮ ਨਾਲ ਬਣੀ ਹੋਈ ਪਾਰਟੀ ਹੈ ਫਿਰ ਵੱਡਾ ਪਰਿਵਾਰ ਵੱਡੇ ਪਰਿਵਾਰ ਅੰਦਰ ਜਿਹੜਾ ਰੋਸ ਵੀ ਉਹ ਕਰਦਾ ਜਿਹੜਾ ਆਪਣਾ ਹੋਵੇ ਜਿਹੜਾ ਪ੍ਰਾਇਆ ਹੁੰਦਾ ਰੋਸ ਥੋੜਾ ਕਰਦਾ ਉਹ ਤੇ ਗੱਲ ਨੂੰ ਆਉਂਦਾ ਜੇ ਕੋਈ ਰੋਸ ਵੀ ਆ ਤੇ ਉਹ ਵੀ ਕਿਸੇ ਦਾ ਜਾਇਜ਼ ਹੋਊਗਾ ਜੇ ਕੋਈ ਡੈਮੋਕ੍ਰੈਟਿਕ ਸਿਸਟਮ ਅੰਦਰ ਆਪਣੀ ਗੱਲ ਨੂੰ ਰੱਖਣਾ ਚਾਹੁੰਦਾ ਏ ਤੇ ਉਹਦੀ ਵੀ ਗੱਲ ਸੁਣੀ ਜਾਏਗੀ ਇਹ ਜਿਹਨੂੰ ਪਾਰਟੀ ਦਾ ਦਾਇਰਾ ਵੱਡਾ ਹੁੰਦਾ ਹੈ ਉਹਦੇ ਅੰਦਰ ਹਰੇਕ ਦੀ ਗੱਲ ਨੂੰ ਸੁਣਨਾ ਚਾਹੀਦਾ ਏ ਔਰ ਉਹ ਜਿਹਨੂੰ ਤੁਸੀਂ ਤੁਸਮੰਦੋ ਕੀ ਗੱਲ ਨਹੀਂ ਸੁਣੇਗੀ ਨਹੀਂ ਮੈਂ ਦੱਸਣ ਲੱਗਾ ਕਿ ਰੋਸ ਆਇਆ ਨਾ ਆਪਣੇ ਪਰਿਵਾਰ 'ਚ ਜੇ ਅਸੀਂ ਕਿਸੇ ਦੀ ਗੱਲ ਨਹੀਂ ਸੁਣਦੇ ਰੋਸ ਤਾਂ ਤਾਂ ਹੀ ਆਉਂਦਾ ਬਿਲਕੁਲ ਠੀਕ ਗੱਲ ਆ ਪਰ ਇੱਥੇ ਜਿਹੜੀ ਗੱਲ ਆ ਨਾ ਕਿਸੇ ਨੇ ਇਹ ਨਹੀਂ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਲੇਕਿਨ ਜੇਕਰ ਪਾਰਟੀ ਦੇ ਅੰਦਰ ਵੀ ਔਰ ਪੰਟ ਪਾਰਟੀ ਦੇ ਬਾਹਰ ਵੀ ਵੈਸੇ ਤੇ ਜਨਤਕ ਤੌਰ ਦੇ ਉੱਤੇ ਬਹੁਤ ਘੱਟ ਪਾਰਟੀ ਦੇ ਅੰਦਰ ਚਰਚਾ ਇਹੋ ਜੀ ਬਾਹਰ ਆਉਂਦੀ ਆ ਕਿਉਂਕਿ ਆ ਆਮ ਤੌਰ ਤੇ ਅੰਦਰ ਹਮੇਸ਼ਾ ਹੀ ਗੱਲਬਾਤ ਕੀਤੀ ਜਾਂਦੀ ਹੈ ਹਰ ਕੋ ਆਪਣੇ ਵਿਊਜ਼ ਰੱਖਦਾ ਔਰ ਵਿਊਜ਼ ਰੱਖਣੇ ਵੀ ਬਹੁਤ ਜ਼ਰੂਰੀ ਆ ਫਿਰ ਡੈਮੋਕ੍ਰੇਟਿਕ ਕਾਦੀ ਰਹੇਗੀ ਇਹ ਕੋ ਤਾਨਾ ਨਹੀਂ ਹੈ ਤੇ ਹੈ ਨਹੀਂ ਕਿ ਪਾਰਟੀ ਦੇ ਅੰਦਰ ਤੇ ਜੇਕਰ ਤੁਸੀਂ ਡੈਮੋਕ੍ਰੇਸੀ ਨੂੰ ਮੰਨਦੇ ਜੇ ਤੇ ਫਿਰ ਇਹੋ ਜਿਹਾ ਬਾਹਰ ਆਉਣੇ ਜਨੂਣਾ ਲੋਕਾਂ ਦੀ ਗੱਲ ਕਰਨੇ ਜਨੂਣ ਉਹਦੇ ਅੰਦਰ ਕਈ ਵਾਰ ਆਦਮੀ ਆਪਣੇ ਸਿਆਸੀ ਲਾਹਾ ਵਾਸਤੇ ਕਰਦੇ ਔਰ ਕਈ ਵਾਰ ਉਹਨਾਂ ਦੇ ਮਨ ਦੇ ਅੰਦਰ ਦਰਦ ਕਹਿਣਾ ਗਲਤ ਹੈ ਕਿ ਜੇ ਕਿਸੇ ਨੇ ਆਪਣੀ ਗੱਲ ਨੂੰ ਰੱਖਤਾ ਤੇ ਆਪਾਂ ਕਹੀਏ ਜੀ ਕਿ ਉਹਦੇ ਨਾਲ ਪਾਰਟੀ ਦੇ ਅੰਦਰ ਅਕਸ ਨੂੰ ਖਰਾਬੀ ਆ ਹਰੇਕ ਨੂੰ ਆਪਣੀ ਗੱਲ ਨੂੰ ਰੱਖਣ ਦਾ ਰਾਈਟ ਨਹੀਂ ਪਰ ਗਲਤ ਹੈ ਇਹ ਹੈ ਨਾ ਕਿ ਉਹ ਆਪਣੀ ਪ੍ਰੈਸ ਕਾਨਫਰੰਸ ਕਰਦੇ ਆ ਤੁਹਾਡੀ ਰੈਲੀ ਦੇ ਵਿੱਚ ਨਹੀਂ ਆਉਂਦੇ ਤੁਸੀਂ ਹਲ ਵੀ ਉਹਨਾਂ ਨੂੰ ਕਹੀ ਜੋ ਕਿ ਉਹਨਾਂ ਦੇ ਮਨ ਦੇ ਵਿੱਚ ਕੁਝ ਹੋਏਗਾ ਇਹ ਹੋਏਗਾ ਨਹੀਂ ਮੈਂ ਦੱਸਿਆ ਆਪਣੇ ਆਪ ਨੂੰ ਤੁਹਾਡੀ ਪਾਰਟੀ ਤੋਂ ਬਿਲਕੁਲ ਅਲੱਗ ਰੱਖਿਆ ਪਿਆ ਉਹਨਾਂ ਨੇ ਦੇਖੋ ਮੈਂ ਤੁਹਾਨੂੰ ਅੱਗੇ ਗੱਲ ਕਹੀ ਹਰੇਕ ਦਾ ਇੰਡੀਵਿਜੂਅਲ ਤੌਰ ਤੇ ਗੱਲ ਆ ਕਿਸੇ ਦੇ ਮਨ ਦੇ ਅੰਦਰ ਤੁਹਾਡੀ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ ਇਹਦਾ ਮਤਲਬ ਨਹੀਂ ਮੈਂ ਦੱਸ ਰਿਹਾ ਕਿਸੇ ਦੇ ਮਨ ਦੇ ਅੰਦਰ ਜਨੂਨ ਕੁਣਾ ਜਿਹੜਾ ਹੁੰਦਾ ਹੈ ਉਹ ਦੂਜਿਆਂ ਨੂੰ ਦੇਖ ਉਹ ਇੱਕ ਵੇਖ ਕੇ ਵੀ ਕਈ ਵਾਰ ਆਦਮੀ ਦੇ ਆਪਣੇ ਅਭਾਰ ਨਿਕਲ ਆਉਂਦਾ ਹੈ ਮੈਂ ਸਮਝਦਾ ਕਿ ਪਾਰਟੀ ਦੇ ਅੰਦਰ ਜਿੰਨਾ ਲੋਕਾਂ ਨੇ ਮਿਹਨਤ ਕੀਤੀ ਹੈ ਨਾ ਉਹਨਾਂ ਦੀ ਗੱਲ ਸੁਣਨੀ ਪੈਊਗੀ ਬਾਹਰ ਜਾ ਕੇ ਦਰਵਾਜ਼ੇ ਤੇ ਗੇਟ ਤੇ ਬਾਹਰ ਖੜੋ ਕੇ ਗੱਲ ਕਰਨ ਬਾਹਰ ਗੇਟ ਦੇ ਅੰਦਰ ਆ ਕੇ ਗੱਲ ਕਰਨ ਗੱਲ ਸੁਣਨੀ ਪਾਉਗੀ ਸਭ ਦੀ ਤੇ ਉਸ ਸੁਣਵਾਈ ਲਈ ਕੀ ਕਰ ਰਹੇ ਹੋ ਦੀ ਪਾਰਟੀ ਦੇ ਸਦਾਰ ਪ੍ਰਕਾਸ਼ ਸਿੰਘ ਢਾਲ ਸਾਬ ਨੇ ਆਪ ਸਭ ਨਾਲ 1 ਟੂ 1 ਗੱਲ ਕਰਦੇ ਨੇ ਸਦਾਰ ਸੁਖਵੀਰ ਸਿੰਘ ਢਾਲ ਸਾਬ ਆਪ 1 ਟੂ 1 ਗੱਲ ਕਰਦੇ ਨੇ ਫਿਰ ਵੀ ਕਮਿਊਨੀਕੇਸ਼ਨ 에ਰ ਰਹ ਜਾਂਦੇ ਐ ਨਹੀਂ ਹੁੰਦਾ ਕਿ ਦੇਖੋ ਕੋਈ ਐਸਾ ਪਾਗਈ ਹੈ ਕਿ ਸਾਰਾ ਸਿਸਟਮ ਪਰਫੈਕਟ ਹੋਗਾ ਇਹ ਪੋਸੀਬਲ ਹੀ ਨਹੀਂ ਆਏਗਾ ਕਿਤੇ ਵੀ ਫਿਰ ਵੀ ਕਮੀਆਂ ਰਹ ਜਾਂਦੀਆਂ ਤੁਹਾਨੂੰ ਨਹੀਂ ਲੱਗਦਾ ਕਿ ਟਕਸਾਲੀ ਅਕਾਲੀ ਆਗੂਆਂ ਦੇ ਮੰਨ ਦੇ ਵਿੱਚ 에ਰ ਉਸ ਵੀ ਹੈ ਕਿ ਮਨਜੰਦਰ ਸਰਸਾ ਵਰਗੇ ਜਾਂ ਬੰਟੀ ਰੋਮਾਣਾ ਵਰਗੇ ਆ ਕੇ ਜਦੋਂ ਅਕਾਲੀ ਦਲ ਦੀ ਕੋਰ ਕਮੇਟੀਆਂ ਦੇ ਨਾਲ ਜੁੜ ਕੇ ਕੰਮ ਕਰਦੇ ਨੇ ਜਾਂ ਅੱਗੇ ਆ ਕੇ ਕੰਮ ਕਰਦੇ ਨੇ ਫਿਰ ਸਾਡੀ ਪੁੱਛ ਪ੍ਰਤੀਤ ਕਿੱਥੇ ਆ ਜਿਨ੍ਹਾਂ ਨੇ ਸਾਰੀ ਉ ਕਿ ਉਹਨਾਂ ਨੇ ਸਾਢੇ ਤੋਂ ਬਹੁਤ ਜ਼ਿਆਦਾ ਅਰਸਾ ਜ਼ਿੰਦਗੀ ਦਾ ਆਪਣਾ ਇਸ ਪਾਰਟੀ ਦੇ ਲੇਖੇ ਲਾਇਆ ਹੈ ਉਸ ਗੱਲ ਨੂੰ ਕਦੀ ਇਗਨੋਰ ਨਹੀਂ ਕੀਤਾ ਜਾ ਸਕਦਾ ਪਰ ਐਟ ਦੀ ਸੇਮ ਟਾਈਮ ਅੱਜ ਜੇ ਆਪਾਂ ਇਹ ਕਵਾਂਗੇ ਕਿ ਜਿਹੜੀ ਜਾਂ ਅਗਲੀ ਜਨਰੇਸ਼ਨ ਅਗਲੀ ਪੀੜ੍ਹੀ ਅਗਲੀ ਲੀਡਰਸ਼ਿਪ ਦੀ ਪੀੜ੍ਹੀ ਤੁਹਾਡੀ ਤਿਆਰ ਹੀ ਨਹੀਂ ਹੋਊਗੀ ਜੇ ਆਪਾਂ ਕਿਸੇ ਨੂੰ ਪ੍ਰਮੋਟ ਨਹੀਂ ਕਰਾਂਗੇ ਸਾਨੂੰ ਪਾਰਟੀ ਨੇ ਮੌਕਾ ਦਿੱਤਾ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਅੰਦਰ ਜਾਂ ਪਾਰਟੀ ਨੇ ਐਮਐਲਏ ਰੂਪ ਅੰਦਰ ਮੌਕਾ ਦਿੱਤਾ ਜਿੱਥੇ ਪਾਰਟੀ ਨੇ ਮੌਕਾ ਦਿੱਤਾ ਸੀ ਆਪਣੀ ਸ਼ਿੱਦਤ ਨਾਲ ਆਪਣਾ ਕੰਮ ਕੀਤਾ ਹੈ ਔਰ ਮਿਹਨਤ ਆਪਣੀ ਕੀਤੀ ਆ ਪਰਿਵਾਰ ਤੋਂ ਦੇ ਅੰਦਰ ਕੋਈ ਇਹ ਨਹੀਂ ਗੱਲ ਨੂੰ ਦੀ ਜਿਹੜਾ ਵੱਡਾ ਪਰਿਵਾਰ ਹੁੰਦਾ ਨਾ ਉਹਦੇ ਅੰਦਰ ਕੋਈ ਅੱਗੇ ਹੁੰਦਾ ਹੈ ਕਾਲ ਬੇਲ ਤਾਂ ਜ਼ਰੂਰੀ ਹੈ ਨਾ ਮੈਂ ਕਹਿੰਦਾ ਜੀ ਜ਼ਰੂਰੀ ਨਹੀਂ ਉਹਨਾਂ ਦੇ ਸ਼ੀਰਵਾਤ ਤੁਹਾਡੀ ਪਾਰਟੀ ਲਈ ਖੜੇ ਰਹੇ ਉਹ ਮੋਰਚੇ ਲਾਏ ਤੁਸੀਂ ਉਹਨਾਂ ਨੂੰ ਇਗਨੋਰ ਕਿਵੇਂ ਕਰ ਸਕਦੇ ਮੈਂ ਤੇ ਪਹਿਲਾਂ ਕਿਹਾ ਉਹਨਾਂ ਦੀ ਅਸ਼ੀਰਵਾਦ ਤੋਂ ਬਿਨਾ ਪੋਸੀਬਲ ਹੀ ਨਹੀਂ ਮੈਂ ਤੇ ਪਹਿਲਾਂ ਕਿਹਾ ਜਿਨ੍ਹਾਂ ਨੇ ਇੰਨੀ ਵੱਡੀ ਪਾਰਟੀ ਨੂੰ ਸੀਚਿਆ ਹੈ ਬੜਾ ਆਪਣੀ ਜ਼ਿੰਦਗੀ ਦਾ ਬੜਾ ਵੱਡਾ ਅਰਸਾ ਲਾਇਆ ਹੈ ਆਪਾਂ ਕਿ ਕਿ ਉਹਨੂੰ ਇਗਨੋਰ ਕੀਤਾ ਜਾ ਸਕਦਾ ਮੈਂ ਤੇ ਕਿਹਾ ਸੁਣਨਾ ਪਊਗਾ ਚਾਹੇ ਦਰਵਾਜ਼ੇ ਦੇ ਬਾਹਰ ਖਲੋ ਕੇ ਕਹਿਣ ਤਾਂ ਵੀ ਸੁਣਨਾ ਪਊਗਾ ਚਾਹੇ ਕਰਦੇ ਅੰਦਰ ਆ ਕੇ ਕਹਿਣ ਤਾਂ ਵੀ ਸੁਣਨਾ ਪਊਗਾ ਕਿਉਂਕਿ ਉਹਨਾਂ ਦੀ ਯੋਗਦਾਨ ਪਾਰਟੀ ਵਾਸਤੇ ਹੈ ਉਸਨੂੰ ਕਦੇ ਇਗਨੋਰ ਨਹੀਂ ਕੀਤਾ ਜਾ ਸਕਦਾ ਚਲੋ ਅੱਗੇ ਵੱਧਦੇ ਆ ਤੁਹਾਨੂੰ ਨਹੀਂ ਲੱਗਦਾ ਸਰਸਰ ਸਾਹਿਬ ਕਿ ਤੁਹਾਡੀ ਪਾਰਟੀ ਕੋ ਦਰਜਨ ਪਰ ਰੈਲੀਆਂ ਕਰ ਦਿੱਤੀਆਂ ਹੋਣੀਆਂ ਪਹਿਲਾਂ ਤੁਸੀਂ ਪੋਲ ਖੋਲ ਰੈਲੀਆਂ ਕੀਤੀਆਂ ਹੁਣ ਜਬਰ ਵਿਰੋਧੀ ਰੈਲੀ ਕੀਤੀ ਤੁਸੀਂ ਮੈਨ ਪਾਵਰ ਹੈ ਜਿਹੜੀ ਜਾਂ ਤੁਸੀਂ ਫਾਈਨੈਂਸ਼ੀਅਲ ਐਸਐਸ ਨੇ ਉਹ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਜਿਆਦਾ ਵੇਸਟ ਕਰ ਰਹੇ ਨਹੀਂ ਦੇਖੋ ਦਾ ਇੱਕ ਰੀਜ਼ਨ ਆ ਸਰਕਾਰ ਮੈਂ ਪਹਿਲੀ ਵਾਰ ਦੇਖ ਰਿਹਾ ਮੇਰਾ ਮੇਰਾ ਪੋਲੀਟਿਕਲ ਐਕਸਪੀਰੀਅੰਸ ਬਾਕੀ ਨੂੰ ਬਹੁਤ ਘੱਟ ਹੋਊਗਾ ਪਰ ਜਿੰਨਾ ਮੇਰਾ ਮੈਂ ਉਹਦੇ ਚ ਪਹਿਲੀ ਵਾਰ ਦੇਖ ਰਿਹਾ ਜਿੰਨਾ ਮੈਂ ਅੱਜ ਤੱਕ ਸਟੱਡੀ ਕਰਦਾ ਆਇਆ ਕੋਈ ਵੀ ਜਿਹੜੀ ਰਾਜ ਸੱਤਾ ਚ ਪਾਰਟੀ ਹੁੰਦੀ ਆ ਉਹ ਡਵੈਲਪਮੈਂਟ ਵਾਲੇ ਪਾਸੇ ਧਿਆਨ ਦਿੰਦੀ ਆ ਲੋਕਾਂ ਨੂੰ ਰੋਜ਼ਗਾਰ ਲੋਕਾਂ ਦੀ ਸਿਹਤ ਦਾ ਲੋਕਾਂ ਦੇ ਇ ਇਹ ਟਿਸ਼ੂ ਹੋਣ ਚਾਹੀਓ ਗਰੀਬ ਭਾਈਚਾਰੇ ਤੋਂ ਉਹਨਾਂ ਵੱਲ ਧਿਆਨ ਦਿੰਦੀ ਆ ਇਹ ਪਹਿਲੀ ਦਾ 1.5 ਸਾਲ ਸਰਕਾਰ ਦੇਖੀ ਆ ਜਿਹੜੇ ਮੁੱਦਿਆਂ ਤੋਂ ਹਟ ਕੇ ਤੇ ਖੁਦ ਮੁੱਦੇ ਆਸੀਂ ਪੰਜਾਬ ਅੰਦਰ ਕ੍ਰੀਏਟ ਕਰ ਰਹੀ ਆ ਤਾਂ ਕਿ ਲੋਕਾਂ ਦਾ ਧਿਆਨ ਜਿਹੜਾ ਏ ਉਹ ਸਰਕਾਰ ਵਾਲੇ ਪਾਸੇ ਨਾ ਆਵੇ 1.5 ਸਾਲ ਤੇ ਹੋ ਗਿਆ 1.5 ਸਾਲ ਅੰਦਰ ਇਹ ਫਰਕ ਤਾਂ ਤੁਹਾਡਾ ਹੈ ਨਾ ਵਿਰੋਧੀ ਧਿਰ ਦਾ ਤੁਸੀਂ ਵੀ ਉਸੇ ਮਾਮਲੇ 'ਚ ਉਲਝੇ ਹੋ ਜੋ ਮਾਮਲੇ 'ਚ ਕਾਂਗਰਸ ਤੁਹਾਨੂੰ ਉਲਝਾਣਾ ਚਾਹੁੰਦਾ ਹੈ ਨਾ ਨਾ ਤੁਸੀਂ ਦੱਸੋ ਇੱਕ ਗੱਲ ਗੱਲ ਕਿਸਾਨੀ ਦੀ ਹੋਵੇ ਨੌਜਵਾਨਾਂ ਦੀ ਹੋਵੇ ਰੋਜ਼ਗਾਰ ਦੀ ਹੋਵੇ ਤੁਸੀਂ ਆਪਣੀਆਂ ਰੈਲੀਆਂ ਦੇ ਵਿੱਚ ਕਿੰਨੇ ਕੁ ਮੁੱਦੇ ਲੈ ਚੁੱਕੇ ਹੋ ਉਸੇ ਉਸ ਉਸੇ ਮੁੱਦੇ ਤੇ ਉਹ ਤੁਹਾਡੇ ਤੇ ਇਲਜ਼ਾਮ ਲਾਂਦੇ ਨੇ ਤੁਸੀਂ ਕਾਊਂਟਰ ਉਹਨਾਂ ਤੇ ਇਲਜ਼ਾਮ ਲਾਦੇ ਹੋ ਸਾਡੇ ਸਾਰੇ ਮੁੱਦੇ ਇਹ ਸੀ ਸਰਕਾਰ ਦੇ ਕੀ ਵਾਦੇ ਸੀ ਸਰਕਾਰ ਕਿਵੇਂ ਫੇਲ ਹੋਈ ਆ ਜਦੋਂ ਪੋਲ ਖੋੜ ਰੈਲੀ ਸੀ ਉਦੋਂ ਵੀ ਇਹ ਸਾਡੇ ਵਾਅਦੇ ਸੀਗੇ ਕਿ ਸਰਕਾਰ ਨੇ ਕਿਹਾ ਕੀ ਸੀਗਾ ਤੇ ਸਰਕਾਰ ਨੇ ਕੀਤਾ ਕੀ ਆ ਇੱਕ ਆਪੋਜੀਸ਼ਨ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਸਰਕਾਰ ਦੇ ਉੱਤੇ ਇਸੇ ਤਰ੍ਹਾਂ ਦਬਾਅ ਬਣਾਉਣਾ ਲੋਕਾਂ ਦੀ ਦੇ ਦੇ ਅਜੂਮ ਦੇ ਨਾਲ ਲੋਕਾਂ ਦੀ ਕਚਹਿਰੀ ਚ ਜਾ ਕੇ ਆਣਾ ਸਰਕਾਰ ਦੀਆਂ ਜਿਹੜੀਆਂ ਨਕਾਮੀਆਂ ਨੇ ਤਾਂ ਕਿ ਸਰਕਾਰ ਜਾਗਰਤ ਹੋਵੇ ਜਿਹੜੇ ਸੁੱਤੇ ਲੋਕ ਨੇ ਉਹਨਾਂ ਦੇ ਅੱਖਾਂ ਖੁੱਲਣ ਇਹ ਇਹ ਸਰਕਾਰ ਪਹਿਲੀ ਉਹਨਾਂ 1.5 ਸਾਲਾਂ ਚ ਜਿਹੜੀ ਸਾਰੇ ਮੁੱਦੇ ਛੱਡ ਕੇ ਤੇ ਇੱਕ ਲੋਕਾਂ ਨੂੰ ਕੇਵਲ ਔਰ ਕੇਵਲ ਇੱਕ ਇਸ਼ੂ ਦੇ ਕੇ ਉਹਦੇ ਅੰਦਰ ਉਲਝਾਉਣ ਦੀ ਕੋਸ਼ਿਸ਼ ਕਰਦੀ ਹੈ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸ਼ਿਰਗੁਰ ਗ੍ਰਾਂਥ ਸਾਹਿਬ ਜੀ ਦੇ ਬੇਦਬੀਆਂ ਦਾ ਜਿਹੜਾ ਮੁੱਦਾ ਹੈ ਉਸੇ ਤੇ ਹੀ ਕਾਂਗਰਸ ਚਾਹੁੰਦੀ ਹੈ ਕਿ ਸਾਰਿਆਂ ਦਾ ਧਿਆਨ ਡਾਇਵਰਟ ਰਹੇ ਤੇ ਕੋਈ ਗੱਲ ਕਰੇ ਨਾ ਕੱਲ ਜਿਹੜੀਆਂ ਰੈਲੀਆਂ ਹੋਈਆਂ ਨੇ ਤੁਹਾਡੀ ਹੋਈ ਹੈ ਕਾਂਗਰਸੀ ਵੀ ਹੋਈ ਹੈ ਬਰਗਾੜ ਆਪਣਾ ਪ੍ਰਦਰਸ਼ਨ ਕੀਤਾ ਅਜਿਹੇ ਦੇ ਵਿੱਚ ਸਾਰਿਆਂ ਦਾ ਧਿਆਨ ਜਿਹੜਾ ਸੀ ਉਹ ਬਰਗਾੜੀ ਵੱਲ ਜ਼ਿਆਦਾ ਸੀ ਤੁਹਾਨੂੰ ਨਹੀਂ ਲੱਗਦਾ ਕਿ ਬਰਗਾੜੀ ਮੋਰਚਾ ਜਿਹੜਾ ਲੱਗਿਆ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਤਾਂ ਵੀ ਤੁਹਾਡੇ 'ਸਤੇ ਦਿੱਕਤ ਸੀ ਔਰ ਹੁਣ ਜ਼ਿਆਦਾ ਦਿੱਕਤ ਹੈ ਦੇਖੋ ਪਹਿਲਾਂ ਆਪਾਂ ਨੂੰ ਦੋ ਹਿੱਸਿਆਂ 'ਚ ਆ ਬਰਗਾੜੀ ਦੇ ਮੋਰਚਾ ਦੋ ਹਿੱਸਿਆਂ 'ਚ ਇੱਕ ਪੋਲਿਟੀਕਲ ਇਹਦਾ ਰੋਲ ਆ ਔਰ ਇੱਕ ਜਿਹੜਾ ਹੈ ਜਿਨ੍ਹਾਂ ਦਾ ਧਰਮ ਦੇ ਨਾਲ ਸਿੱਧੇ ਤਰੀਕੇ ਨਾਲ ਵਾਸਤਾ ਔਰ ਮਨ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਰਤ ਭਾਵਨਾ ਹੈ ਉਹ ਆ ਜਿਹੜੇ ਬਰਗਾੜੀ ਚ ਉਦੋਂ ਵੀ ਗਏ ਸੀ ਔਰ ਹੁਣ ਵੀ ਗਏ ਨੇ ਉਹ ਦੋ ਤਰ੍ਹਾਂ ਦੇ ਲੋਕ ਸੀ ਇੱਕ ਜਿਹੜੇ ਗਏ ਸੀਗੇ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਐਸੀ ਭਾਵਨਾ ਔਰ ਐਸਾ ਪਿਆਰ ਔਰ ਐਸਾ ਸਤਿਕਾਰ ਆ ਕਿ ਉਹਨਾਂ ਦੇ ਦਿਲ ਨੂੰ ਠੇਸ ਪਹੁੰਚੀ ਆ ਔਰ ਉਹ ਉਸ ਠੇਸ ਦੇ ਚਲਦੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਬੇਅਦਬੀ ਉਹਦਾ ਇਨਸਾਫ ਮਿਲੇ ਉਸ ਭਾਵਨਾ ਨੂੰ ਲੈ ਕੇ ਗਏ ਸੀ ਤੁਹਾਡੀ ਪਾਰਟੀ ਦੇ ਬੁਲਾਰੇ ਕਦੇ ਉਹਨਾਂ ਨੂੰ دہشتਗਰਦ ਕਹਿੰਦੇ ਆ ਕਦੇ ਉਹਨਾਂ ਨੂੰ ਕਰਮਖਾਣੇ ਕਹਿੰਦੇ ਆ ਤੁਸੀਂ دہشتਗਰਦ ਹੈਗੇ ਨਹੀਂ ਉਹਨਾਂ ਨੂੰ ਕਹਿ ਰਹੇ ਕਿ ਮੰਨਦੀਆਂ ਭਾਵਨਾਵਾਂ ਨਾਲ ਉੱਥੇ ਗਏ ਤੁਹਾਡੀ ਪਾਰਟੀ ਦੇ ਅਤਵਾਦੀ ਹੈਗੇ ਨਹੀਂ ਉਹਨਾਂ ਦੇ ਅੰਦਰ ਜਿਹੜੀ ਉਹਨਾਂ ਨੇ ਭਾਵਨਾਵਾਂ ਨਿਕਰਦੇ ਪਏ ਨੇ ਜਿਨ੍ਹਾਂ ਦੇ ਬੈਂਕਾਂ 'ਚ 16-16 ਕਰੋੜ ਰੁਪਏ ਆ ਗਿਆ ਮੈਂ ਸਰਦਾਰ ਸਾਹਿਬ ਤੋਂ ਇੱਕ ਗੱਲ ਪੁੱਛਣਾ ਚਾਹਣਾ ਹੈ 16 ਕਰੋੜ ਰੁਪਏ ਤੁਹਾਡੇ ਬੈਂਕ 'ਚ ਆਉਂਦਾ ਹੈ ਦੋ ਨੌਜਵਾਨ ਤੁਸੀਂ ਆਪ ਦੇਖਿਆ ਗੋਲੀ ਦੇ ਸ਼ਿਕਾਰ ਹੋਏ ਆ ਸਾਡੀ ਭਾਵਨਾ ਉਹਨਾਂ ਦੇ ਪਰਿਵਾਰ ਨਾਲ ਅੱਜ ਵੀ ਸਰਦਾਰ ਸੁਖਵੀਰ ਸਿੰਘ ਬਾਦਲਾਹ ਆਪ ਜਾਣਦੇ ਨੇ ਆਰਥਿਕ ਤੌਰ ਤੇ ਔਰ ਸਰਕਾਰੀ ਨੌਕਰੀ ਦੀ ਗੱਲ ਦੇ ਕੇ ਆਉਂਦੇ ਨੇ ਲੇਕਿਨ ਅੱਜ ਵੀ ਉਹਨਾਂ ਦਾ ਦੁੱਖ ਘਟ ਨਹੀਂ ਜਾਏਗਾ ਇਸ ਗੱਲ ਦੇ ਨਾਲ ਪਰ ਜਿਹੜੇ 16-16 ਕਰੋੜ ਰੁਪਏ ਇਕੱਠਾ ਕਰਦੇ ਨੇ ਕਿ ਆ ਉਹਨਾਂ ਨੇ ਕਦੀ ਕਿਸੇ ਦੀ ਬਾਪ ਕਿ ਸਾਨੂੰ 100 ਰੁਪਏ ਦੇ ਕੇ ਆਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਔਰ ਉਹਨਾਂ ਭਾਵਨਾਵਾਂ ਨੂੰ ਨਕੈਸ਼ ਕੀਤਾ ਜਾਵੇ ਪੈਸੇ ਦੇ ਰੂਪ ਅੰਦਰ ਅਸੀਂ ਉਹਨਾਂ ਲੋਕਾਂ ਨੂੰ ਕਹਿੰਦੇ ਹਾਂ ਇਹ ਵੱਖਵਾਦੀ ਔਰ ਅਤਵਾਦੀ ਨੇ ਅੱਜ ਵੀ ਅਸੀਂ ਗੱਲ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਉਸ ਵੇਲੇ ਬਰਗਾੜੀ ਦੇ ਅੰਦਰ ਪੰਜਾਬ ਦੇ ਅੰਦਰ ਕਈ ਹਿੱਸਿਆਂ 'ਚ ਹੋਇਆ ਲੇਕਿਨ ਖਾਸ ਤੌਰ ਤੇ ਬਰਗਾੜੀ ਦਾ ਇਸ਼ੂ ਬਣਿਆ ਅੱਜ ਵੀ ਪੰਜਾਬ ਤੋਂ ਐਸੇ 55 ਐਸੇ ਕੇਸ ਨੇ ਜਿਨ੍ਹਾਂ ਨੂੰ ਅੱਜ ਤੱਕ ਕਾਂਗਰਸ ਜਿਹੜੀ ਆ ਹੁਣ ਪਿਛਲੇ ਹਫਤੇ ਹੋਇਆ ਪਿ ਮਾਮਲੇ ਚੋਪਰੀ ਦੀ ਹੈ ਕਾਂਗਰਸ ਕਿਉਂ ਇਹ ਸਾਰੇ ਜਿਹੜੇ ਮੋਰਚੇ ਦੇ ਉੱਤੇ ਬੈਠੇ ਨੇ ਅੱਜ ਸਿੱਖਾਂ ਤੁਸੀਂ ਦੱਸ ਦੋ ਤੁਸੀਂ ਸਿੱਖਾਂ ਨੂੰ ਰੋਰਾ ਪਾ ਕੇ ਦੱਸੋ ਕਿ ਉੱਥੇ ਇਹੋ ਜਿਹੀ ਬਹਿਜੂ ਇਹ ਸਾਰੇ ਸਖ ਉੱਥੇ ਵੀ ਜਾਣਗੇ ਕਿਉਂਕਿ ਇਹਨਾਂ ਦੀ ਭਾਵਨਾ ਸੱਚੀ ਆ ਇਹਨਾਂ ਦੀ ਭਾਵਨਾ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਆ ਇਹ 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 ਇਹਨਾਂ ਦੀ ਭਾਵਨਾ ਨਕਲੀ ਨਹੀਂ ਪਰ ਜਿਹੜੇ ਉੱਥੇ ਬੈਠੇ ਨੇ ਉਹ ਇਹਨਾਂ ਨੂੰ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਦਾ ਮੁੱਲ ਵੱਟਦੇ ਪਏ ਨੇ ਉਹ ਕਾਂਗਰਸ ਅਗਰ ਸਭ ਤੋਂ ਛਾਤrana ਤੁਸੀਂ ਅਗਰ ਕੋ ਗੇਮ ਦੇਖੋਗੇ ਤੇ ਮੈਂ ਮਾਫ ਕਰਨਾ ਇਹ ਕਹੂੰਗਾ 1.5 ਸਾਲ ਦੀ ਗੇਮ ਆ ਇੰਨੀ ਛਾਤrana ਗੇਮ ਆ ਇੱਕ ਪਾਸੇ ਪਰ ਪਰ ਗਲਤ ਹੈ ਨਾ ਤੁਸੀਂ ਇਹਨੂੰ ਭਾਵੇਂ ਗੇਮ ਨਾਲ ਜੋੜੀ ਜੋ ਪਰ ਆਮ ਜਿਹੜਾ ਸਿੱਖ ਹੈ ਉਹ ਗੇਮ ਨਾਲ ਜੋੜ ਕੇ ਨਹੀਂ ਦੇਖਦਾ ਕਿਉਂਕਿ ਉਹ ਦੇਖਦਾ ਹੈ ਕਿ ਸ਼ੇਰਗੁਰ ਗੁਰਨਤ ਸਿੰਘ ਸਾਹਿਬ ਜੀ ਦੀ ਬੇਦਵੀ ਹੋਈ ਹੈ ਮਲਜ਼ਮ ਹਾਲੇ ਵੀ ਨਹੀਂ ਫੜੇਗੇ ਨਹੀਂ ਮਲਜ਼ਮ ਕਾਂਗਰਸ ਕਹਿੰਦੀ ਤੁਸੀਂ ਫੜ ਲੇ ਪਹਿਲੀ ਗੱਲ ਇਹ ਦੇਖੋ ਤਿੰਨ ਹਿੱਸਿਆਂ 'ਚ ਗੱਲ ਆ ਇੱਕ ਬਰਗਾੜੀ ਇੱਕ ਬੇਬਲ ਗਲਾ ਇੱਕ ਕੋਟਕਪੂਰਾ ਹੋ ਕੀ ਰਿਹਾ ਏ ਇਹਨਾਂ ਨੂੰ ਸਭ ਨੂੰ ਇਕੱਠਿਆਂ ਕਰ ਦਿੱਤਾ ਜਾਂਦਾ ਹੈ ਜਦੋਂ ਤੁਸੀਂ ਇਕੱਠਿਆਂ ਕਰ ਦਿੰਦੇ ਜੇ ਤੇ ਫਿਰ ਸ਼ੱਕ ਦੀ ਸੂਈ ਜਿਹੜੀ ਆ ਉਹ ਅਕਾਲੀ ਦਲ ਵਾਲਾ ਨੂੰ ਘੁਮਾ ਕੇ ਰੋਲਾ ਪਾਉਂਦੇ ਜੇ ਤੇ ਲੋਕ ਸੋਚਦੇ ਨੇ ਯਾਰ ਇਹ ਕਾਂਗਰਸ ਜਿਹੜੀ ਗੱਲ ਕਰਦੀ ਪਈ ਹੈ ਸ਼ਾਇਦ ਸੱਚ ਬੋਲਦੀ ਹੋਵੇ ਇਹ ਜਿਹੜੇ ਇੱਥੇ ਬੈਠੇ ਗੱਲ ਕਰਦੇ ਸ਼ਾਇਦ ਸੱਚ ਬੋਲਦੇ ਹੋਣ ਤੇ ਜਦੋਂ ਉਹਨਾਂ ਨੂੰ ਅਸੀਂ ਗੱਲ ਦੱਸਦੇ ਆ ਫਿਰ ਉਹਨਾਂ ਦੀ ਅੱਖਾਂ ਖੁੱਲ ਜਾਂਦੀ ਹੈ ਵੀ ਯਾਰ ਇਹ ਗੱਲ ਤਾਂ ਅਸੀਂ ਸੋਚੀ ਨਹੀਂ ਸੀ ਅੱਜ ਸਰਕਾਰ ਕਾਂਗਰਸ ਦੀ ਆ ਇਹ ਕਫਸਰ ਕਾਂਗਰਸ ਦਾ ਇਹ ਨਹੀਂ ਕਹਿ ਪਾਰਿਆ ਅੱਜ ਉਹਨਾਂ ਦੀ ਸਰਕਾਰ ਦੇ ਅੰਦਰ ਕਿ ਅਕਾਲੀ ਦਲ ਨੇ ਸਾਨੂੰ ਰੋਕਿਆ ਸੀ ਜਾਂ ਅਸੀਂ ਇਹਨਾਂ ਬੰਦੇ ਨੇ ਨਾਮ ਦੱਸਦੇ ਸੀ ਆਬ ਆਬਯਦ ਵੀ ਕਰਨ ਵਾਲ ਨੂੰ ਸਾਹਮ ਕਰ ਪਰੇ ਉਹਨਾਂ ਦੇ ਪਾਰਟੀ ਪ੍ਰੈਜ਼ੀਡੈਂਟ ਗੱਲ ਨਹੀਂ ਕਰ ਪਰੇ ਡੀਜੀਪੀ ਇਹ ਗੱਲ ਨਹੀਂ ਕਰ ਰਹੇ ਕਿਉਂ ਕਿ ਅਸੀਂ ਸੱਚੇ ਸੀ ਅਸੀਂ ਗਲਤ ਕੰਮ ਨਹੀਂ ਕੀਤਾ ਪੀਸਫੁੱਲ ਪ੍ਰੋਟੈਸਟ ਹੋ ਰਿਹਾ ਸੀ ਪਾਠ ਕਰਦੇ ਗੋਲੀ ਚਲਾਈ ਗਈ ਐਡਾ ਵੱਡਾ ਕੁਫਰ ਤੋਲਿਆ ਗਿਆ ਉੱਥੇ ਤੇ ਕੋਈ ਝਗੜਾ ਹੀ ਨਹੀਂ ਹੋਇਆ ਗੋਲੀ ਚੱਲੀ ਨਹੀਂ ਸਿੰਗਲ ਫਾਇਰ ਨਹੀਂ ਹੋਇਆ ਉੱਥੇ ਉੱਥੇ ਤੇ ਜੇ ਤੁਸੀਂ ਵੀਡੀਓ ਦੇਖੋ ਕੋਟਕਪੂਰਾ ਚ ਆਰਐਸ ਖਟੜਾ ਜਿਹੜੇ ਨੇ ਖੁਦ ਜਾ ਕੇ ਗੱਲ ਕਰ ਰਹੇ ਨੇ ਔਰ ਉਹ ਕਹਿ ਰਹੇ ਨੇ ਅਸੀਂ ਸਾਨੂੰ ਤੁਸੀਂ ਸਾਨੂੰ ਬੁਲਾਇਆ ਆਰਐਸ ਖਟੜਾ ਕਹਿ ਰਹੇ ਨੇ ਜਿਹੜੇ ਉਸ ਵੇਲੇ ਦੇ ਮੁਖੀ ਐਸਆਈਟੀ ਦੇ ਕਿ ਤੁਸੀਂ ਬੁਲਾਇਆ ਤੇ ਮੈਂ ਆਇਆ ਹਾਂ ਉਹ ਖੁਦ ਕਹਿ ਰਹੇ ਨੇ ਕਿ ਤੁਸੀਂ ਮੈਨੂੰ ਬੁਲਾਇਆ ਉੱਠਣ ਵਾਸਤੇ ਅਸੀਂ ਜਾਣ ਨੂੰ ਤਿਆਰ ਆ ਉਦੋਂ ਸਭ ਨੂੰ ਖਾਲੀ ਕਰਾ ਦਿੱਤਾ ਜਾਂਦਾ ਇੱਕ ਪੁਲਿਸ ਪਾਰਟੀ ਜਿਹੜੀ ਆ ਚਰਨਜੀਤ ਸਿੰਘ ਜਿਹੜਾ ਐਸਐਸਪੀ ਸੀ ਮੋਗੇ ਦਾ ਜਿਹੜਾ ਉਹ ਜਾ ਰਿਹਾ ਸੀ ਬੈਬਲ ਕਲਾਂ ਵੱਲ ਨੂੰ ਬੈਬਲ ਕਲਾਂ ਨੂੰ ਰੁਕਿਆ ਜਾਂਦਾ ਉੱਥੇ ਉੱਥੇ ਵੀ ਅਗਰੈਸ਼ਨ ਜਿਹੜਾ ਵਾਜ ਜਾਂਦਾ 100 200 ਲੋਕ ਜਿੰਨੇ ਵੀ ਲੋਕ ਨੇ ਉਹ ਅਗਰੈਸ਼ਨ ਹੁੰਦਾ ਉੱਥੇ ਜੋ ਦੱਸਿਆ ਜਾਂਦਾ ਕਿ ਐਸਐਸਪੀ ਉਤਰ ਕੇ ਜਾਂਦਾ ਹੈ ਉਹਦੇ ਗਨਮੈਨ ਦੀ ਖੇਚਰੀ ਜਾਂਦੀ ਆ ਪਰ ਮੈਂ ਉਹਨਾਂ ਗੱਲਾਂ ਚ ਨਾ ਪੈ ਕੇ ਇੱਕ ਸਿੰਪਲ ਗੱਲ ਕਰਨਾ ਚਾਹੁੰਦਾ ਐ ਕਿ ਉਹ ਗੋਲੀ ਜਿਹੜੀ ਚੱਲੀ ਆ ਉਹ ਬਾਬਲ ਕਲਾ ਚੱਲੀ ਆ 3 ਘੰਟੇ ਬਾਅਦ ਇਹ ਸਾਰੇ ਘਟਨਾਕਰਮ ਨੂੰ ਖਤਮ ਹੋਣ ਦੇ ਕੋਟਕਪੂਰਾ ਇਨਸੀਡੈਂਟ ਨੂੰ ਖਤਮ ਹੋਣ ਦੇ 3 ਘੰਟੇ ਬਾਅਦ ਇੱਥੋਂ 10 ਕਿਲੋਮੀਟਰ ਦੂਰ ਜਾ ਕੇ ਉਹ ਗੋਲੀ ਚੱਲਦੀ ਆ ਜਿਹਦੇ ਅੰਦਰ ਦੋ ਸਾਡੇ ਨੌਜਵਾਨ ਮਾਰੇ ਜਾਂਦੇ ਨੇ ਔਰ ਉਹ ਵੀ ਉਹਨਮੋਦੀ ਦੱਸਣਾ ਚਾਹੁੰਦਾ ਲੋਕ ਕਹਿੰਦੇ ਨੇ ਬਾਈ ਨੇਮ ਬਾਈ ਨੇਮ ਚਰਨਜੀਤ ਸਿੰਘ ਦਾ ਨਾਮ ਐਫ ਆਈ ਆਰ ਦੇ ਅੰਦਰ ਤਿੰਨ ਇਨਸਪੈਕਟਰਾਂ ਦਾ ਨਾਮ ਐਫ ਆਈ ਆਰ ਦੇ ਅੰਦਰ ਜਿਹੜੇ 25 ਪੁਲਿਸ ਵਾਲੇ ਗੱਡੀ ਦੇ ਅੰਦਰ ਸੀ ਪਿੱਛੇ ਬੱਸ ਦੇ ਅੰਦਰ ਉਹਨਾਂ ਚੋਂ ਗੋਲੀ ਕਿਹਦੀ ਵਜੀ ਆ ਬੱਸ ਚੋਂ ਕਿੰਨੇ ਗੋਲੀ ਮਾਰੀ ਆ ਇਹ ਨਾਮ ਨਹੀਂ ਆ ਸਕਦਾ ਸੀ ਕਿਉਂਕਿ ਪਤਾ ਨਹੀਂ ਗੋਲੀ ਕਿੰਨੇ ਵਾਰੀ ਕੌਣ ਐਡਮਿਟ ਕਰ ਰਿਹਾ ਹੈ ਉਹਦੇ ਲਈ ਕੀ ਕਿਹਾ ਗਿਆ ਅਣਪਛਾਤੇ ਲੋਕਾਂ ਵੱਲੋਂ ਗੋਲੀ ਮਾਰੀ ਗਈ ਔਰ ਕੀ ਕੀਤਾ ਗਿਆ ਅਣਪਛਾਤੇ ਬੰਦੇ ਨੂੰ ਲੱਭਣ ਵਾਸਤੇ ਕੀ ਕੀਤਾ ਗਿਆ ਉਹ ਸਾਰੇ ਵੈਪਨ ਜਿਹੜੇ ਆ ਫੋਰੈਂਸਿਕ ਸਾਇੰਸ ਨੂੰ ਭੇਜੇ ਗਏ ਫੋਰੈਂਸਿਕ ਸਾਇ ਵੱਜ ਕੇ ਜਿਹੜਾ ਮਸ਼ਹੂਰ ਹੋਇਆ ਉਸ ਬੱਚੇ ਦੇ ਔਰ ਉਸ ਬੰਦੇ ਦਾ ਨਾਮ ਉਸ ਵੈਪਨ ਦੱਸਿਆ ਜਾਵੇ ਕਾਤੇ ਮੁੱਦੇ ਤੋਂ ਜ਼ਿਆਦਾ ਤੁਹਾਨੂੰ ਆਪਣੀ ਸਫਾਈ ਦੇਣੀ ਨਹੀਂ ਬਿਲਕੁਲ ਦੇਣੀ ਚਾਹੀਦੀ ਮੇਰੀ ਗੱਲ ਸੁਣੋ ਕਿਸੇ ਵੀ politcal ਆਦਮੀ ਦੀ ਮੇਰੀ ਬੇਨਤੀ ਸੁਣੋ ਫਿਰ ਸਾਰੇ ਲੋਕ ਸ਼ੱਕ ਕਰਦੇ ਨੇ ਨਾ ਵੀ ਇਹਦੇ ਵਿੱਚ ਕੋਈ ਗਲਤੀ ਨਹੀਂ ਕਰਨਾ ਲੋਕਾਂ ਨੇ ਨਾ 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 ਪਹਿਲਾਂ ਇਹ ਗੱਲ ਸੁਣ ਲਓ ਜ਼ਿੰਦਗੀ ਦੇ ਅੰਦਰ ਤੁਸੀਂ ਅਸੀਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੁੱਦਾ ਹੈ ਇਹ politcal ਲਾਈਨਾਂ ਨਾਲ ਨਹੀਂ ਜੋੜ ਕੇ ਦੇਖਿਆ ਜਾ ਸਕਦਾ ਇਹ politcal ਲਾਈਨ ਹੋ ਸਕਦੀ ਆ ਕਿ ਤੁਸੀਂ ਆਹ ਗੱਲ ਨਹੀਂ ਕਹਿਣੀ ਲੇਕਿਨ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਆਉਂਦੀ ਮੈਂ ਕਹਿੰਦਾ ਇੱਕ ਵਾਰਾ ਨਹੀਂ ਜੇ 100 ਵਾਰਾਂ ਵੀ ਸਫਾਈ ਦੇਣੀ ਪਵੇ ਤੁਹਾਨੂੰ ਪਿੱਛੇ ਨਹੀਂ ਹਟ ਸਕਦੇ ਤੁਸੀਂ ਸ਼ਰੋ ਬੀਰਾ ਜਵਾਬ ਦਿਓ ਭੈਣ ਜੀ ਨੂੰ ਉਦੋਂ ਉਹਨਾਂ ਨੇ ਪੁੱਛਿਆ ਸਤਾਰਨੀ ਅਰਸ਼ੰਦ ਕੌਰ ਬਾਦ ਨੂੰ ਪੁੱਛਿਆ ਤੇ ਉਹਨਾਂ ਨੇ ਕੀ ਕਿਹਾ ਮੈਂ ਗੱਡੀ ਚ ਬੈ ਕੇ ਚਲੀ ਆਂਦੀ ਆ ਉਹਨਾਂ ਨੇ ਆ ਕੇ ਦੇਖੋ ਕਿੱਡਾ ਪੋਲਿਟਿਕਲ ਇਹਨਾਂ ਨੇ ਡਰਾਮਾ ਬਣਾਇਆ ਪਹਿਲਾਂ ਕਹਿ ਦਿੱਤਾ ਸੋਸ਼ਲ ਮੀਡੀਆ 'ਚ ਪਾ ਦਿੱਤਾ ਕਿ ਸਿੰਘ ਸਾਹਿਬ ਉਹਨਾਂ ਨੇ ਉਹਨਾਂ ਨੂੰ ਸਰੋਪਾਉ ਨਹੀਂ ਦਿੱਤਾ ਦੂਜਾ ਪਾ ਦਿੱਤਾ ਜੀ ਉੱਥੇ ਉਹਨਾਂ ਦਾ ਵਿਰੋਧ ਹੋਇਆ ਨਾ ਵਿਰੋਧ ਹੋਇਆ ਨਾ ਸਰੋਪੇ ਵਾਲੀ ਗੱਲ ਮੈਂ ਵੀਡੀਓ ਜਾਰੀ ਕੀਤੀ ਜੇਕਰ ਕੀਤੀ ਜਿੱਥੇ ਗਿਆਨੀ ਸਿੰਘ ਸਾਹਿਬ ਕੋਲਵੰਤ ਸਿੰਘ ਜੀ ਖੁਦ ਅਰਦਾਸ ਕਰਦੇ ਨੇ ਉਹਨਾਂ ਦੇ ਵਾਸਤੇ ਫਿਰ ਆ ਕੇ ਉਹਨੂੰ ਗੁਰੂ ਸਾਹਿਬ ਦਾ ਅੰਗਪੇਟ ਕਰਦੇ ਨੇ ਬਕਾਇਦਾ ਉਹਨਾਂ ਨੂੰ ਹਾਰ ਜਿਹੜਾ ਸ੍ਰੀ ਸਾਹਿਬ ਉਹਨਾਂ ਦੀ ਗੱਲ ਚ ਪਾਉਂਦੇ ਨੇ ਸਿਰ ਆ ਪਾ ਕੇ ਮੈਨੂੰ ਪ੍ਰਧਾਨ ਸਾਹਿਬ ਜੀ ਕੇ ਸਾਹਿਬ ਨੂੰ ਸਭ ਨੂੰ ਔਰ ਜਿਹੜੀ ਉੱਥੇ ਆਏ ਉਹ ਉਹਨਾਂ ਦੀ ਭਾਵਨਾ ਦੇਖੋ ਉਹ ਕਾਲੀਆਂ ਪੱਟੀਆਂ ਬਣ ਕੇ ਆਏ ਕਿਉਂ ਉਹ ਕਹਿੰਦੇ ਜੀ ਕਿ ਸਾਡੇ ਨਾਲ ਜਾਤੀ ਹੋ ਰਹੀ ਹੈ ਨੰਦੇੜ ਸਾਹਿਬ ਬੋਰਡ ਜਿਹੜਾ ਹੈ ਇਹ ਸਰਕਾਰ ਥੋਪਦੀ ਆ ਸਾਡੇ ਤੇ ਤੇ ਸਾਡੀ ਚੋਣੇ ਨਮਾਇਆਂ ਦੀ ਸੁਣਵਾਈ ਨਹੀਂ ਹੁੰਦੀ ਭੈਣ ਜੀ ਨੇ ਉਹਨਾਂ ਨੂੰ ਕਿਹਾ ਕਿ ਠੀਕ ਹੈ ਜੀ ਮੈਂ ਤੁਹਾਨੂੰ ਨਾਲ ਲੈ ਕੇ ਜਾਵਾਂਗੀ ਤੁਹਾਡੀ ਮੁੱਖ ਮੰਤਰੀ ਦੇ ਜਾ ਕੇ ਪਰ ਸਵਾਲ ਤਾਂ ਬਰਗਾੜੀ ਦੇ ਵੀ ਪੁੱਛੇਗਾ ਮੈਂ ਦੱਸਣ ਲੱਗਾ ਨਾ ਪੂਰੀ ਗੱਲ ਸੁਣੋ ਮੈਂ ਇਹ ਦੱਸਣ ਲੱਗਾ ਮੈਂ ਤੁਹਾਨੂੰ ਨਾਲ ਲੈ ਕੇ ਜਾਵਾਂਗੀ ਮੁੱਖ ਮੰਤਰੀ ਦੇ ਮੈਂ ਤੁਹਾਡੀ ਸਾਹਮਣੇ ਬਿਠਾ ਕੇ ਮੀਟਿੰਗ ਕਰਾਉਂਗੀ ਪਹਿਲੀ ਗੱਲ ਜੇ ਸਾਡੇ ਵਿਰੋਧ ਕਰਨ ਆਏ ਹੋਣਗੇ ਤੇ ਉਹ ਸਾਡੇ ਨਾਲ ਜਾ ਕੇ ਕਹਿਣਗੇ ਅਸੀਂ ਮੁੱਖ ਮੰਤਰੀ ਕੋਲ ਜਾਣਾ ਇੱਕ ਗੱਲ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਸਾਸੀ ਬੈਠੇ ਆ ਐਨੇ ਮੀਲ ਦੂਰ ਸਾਡੇ ਕੋਲ ਜੋ ਜਾਣਕਾਰੀ ਆਉਂਦੀ ਆ ਕੇਵਲ ਉਹ ਆਉਂਦੀ ਜੋ ਸੋਸ਼ਲ ਮੀਡੀਆ ਤੇ ਚਲਦੀ ਪਈ ਆ ਸਾਡੇ ਕੋਲ ਸਚਾਈ ਔਰ ਤੱਤ ਨਹੀਂ ਆਉਂਦੇ ਇਹਦੇ ਸਚਾਈ ਔਰ ਤੱਤ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਜਨਤਕ ਕਰਨੇ ਚਾਹੀਦੇ ਨੇ ਭੈਣ ਜੀ ਨੇ ਕਿਹਾ ਕਿ ਜਿਹੜੇ ਤੁਸੀਂ ਉੱਥੇ ਪੜਦੇ ਪਏ ਜੇ ਸਾਡੇ ਖਿਲਾਫ ਉਹ ਲੋਕ ਕਾਂਗਰਸ ਬੋਲਣ ਲਈ ਆ ਜਿਨੇ ਆ ਕੁਝ ਕੀਤਾ ਆ ਸਚਾਈ ਉਹਨਾਂ ਨੂੰ ਉੱਥੇ ਸਚਾਈ ਦੱਸੀ ਸਚਾਈ ਸੁਣਨ ਤੋਂ ਬਾਅਦ ਜੇਕਰ ਕੋਈ ਇੱਕ ਬੰਦਾ ਤੁਹਾਡੇ ਦੇ ਕਿੰਤੂ ਪਰੰਤੂ ਕਰੇ ਫੇਰ ਤੁਸੀਂ ਕਟਾਰੇ ਚ ਖੜੇ ਜੀ ਤੁਸੀਂ ਮੈਨੂੰ ਸਵਾਲ ਕੀਤਾ ਤੁਹਾਨੂੰ ਇਸ ਕਰਨ ਦਾ ਰਾਹ ਕਿਹਾ ਕਿ ਔਰ ਮੈਂ ਤੁਹਾਨੂੰ ਜਵਾਬ ਦਿਆਂ ਹਾਂ ਮੇਰੇ ਜਵਾਬ ਤੋਂ ਬਾਅਦ ਤੁਸੀਂ ਮੇਰੇ ਖਿਲਾਫ ਨਾਰੇ ਲਗਾਓ ਮੇਰੇ ਖਿਲਾਫ ਮੁਜਾਲੇ ਕਰੋ ਕਿਰ ਮੈਂ ਮੰਨਦਾ ਨਹੀਂ ਕਿ ਮੇਰੇ ਸਫਾਈ ਨਾਲ ਇਹ ਹੈ ਕਿ ਪੰਥਕ ਪਾਰਟੀ ਨੂੰ ਅਜਿਹੇ ਸਵਾਲ ਪੁੱਛੇ ਜਾਣਾ ਹੀ ਕਵੱਡੀ ਗੱਲ ਹੈ ਨਾ ਪੰਥਕ ਪਾਰਟੀ ਹੋ ਤੁਸੀਂ ਕਿਉਂਕਿ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬੇਅਦਬੀ ਬਾਰੇ ਸਵਾਲ ਪੁੱਛੇ ਜਾਂਦੇ ਨੇ ਕਿਉਂਕਿ ਤੁਹਾਡੀ ਸਰਕਾਰ ਸੀ ਜੀ ਤੁਸੀਂ ਕੀਤਾ ਕੀ ਹੈ ਕਿਉਂਕਿ ਸਾਡੀ ਆਵਾਜ਼ ਜਿਹੜੀ ਹੈ ਨਾ ਇੱਕ ਬੰਦੇ ਦੀ ਆਵਾਜ਼ ਹੁੰਦੀ ਜਿਹਨੂੰ ਟੋਲ ਵਜਾਉਂਦਾ ਉਹ ਨਾਲ ਦੇ ਘਰਾਂ ਤੇ ਦਸ ਤਾਈ ਜਾਂਦੀ ਆ ਇੱਕ ਲਾਊਡ ਸਪੀਕਰ ਲੱਗ ਜਾਂਦੇ ਨੇ ਉਸ ਤੋਂ ਦੂਰ ਤੱਕ ਜਾਂਦੀ ਆ ਇੱਕ ਮਹੱਲੇ ਜਿਹੜੇ ਸਾਡੇ ਖਿਲਾਫ ਲੋਕ ਲੱਗੇ ਨੇ ਨਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਦੁਨੀਆ ਦੀ ਕੋਈ ਥਾਂ ਨਹੀਂ ਛੱਡੀ ਜਿੱਥੇ ਸਾਨੂੰ ਰੰਗਣ ਦੀ ਕੋਸ਼ਿਸ਼ ਨਾ ਕੀਤੀ ਹੋਵੇ ਸਾਡੇ ਖਿਲਾਫ ਪ੍ਰਚਾਰ ਕਰਨ ਦੀ ਦੁਸ਼ਪ੍ਰਚਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਹੋਵੇ ਥੋੜੀ ਏਡੀ ਵੱਡੀ ਪਾਰਟੀ ਐਡਾ ਤੁਹਾਡਾ ਕੈਡਰ ਸਾਰੀ ਪੰਜਾਬ ਦਾ ਸੋਸ਼ਲ ਮੀਡੀਆ ਦਾ ਤੁਸੀਂ ਕਹੀ ਜੋ ਕਿ ਉਹ ਫਲਾਣੇ ਉਹ ਬੜੇ ਤਿੱਖੇ ਨੇ ਉਹ ਦੇਸ਼ ਵਿਦੇਸ਼ਾਂ ਦੇ ਅੰਦਰ ਉਹਨਾਂ ਦੀ ਹਰ ਪਾਸੇ ਮੋਬਿਲਾਈਜੇਸ਼ਨ ਆ ਮੈਂ ਉਸ ਪਾਸ ਖੇਡਦੇ ਨੇ ਕੋਈ ਐਸ ਸਹੀ ਦੇ ਹੱਥਾਂ 'ਚ ਵੀ ਖੇਡਦਾ ਮੈਂ ਤੈਨੂੰ ਅੱਗੇ ਦੱਸਿਆ 16 16 ਕਰੋੜ ਰੁਪਏ ਕਿ ਕਿਤੇ ਬੈਂਕ 'ਚ ਆਉਂਦਾ ਹੈ 4 4 8 8 10 10 ਕਿਲੇ ਜਿਹਦੀ ਜ਼ਮੀਨ ਨਹੀਂ ਸੀ ਉਹ 20 20 ਕਿਲੇ ਇਸ ਕੇਂਦਰ ਕੇਂਦਰ ਤੋਂ ਤੁਹਾਡੀ ਪਾਈਵਲ ਦੀ ਸਰਕਾਰ ਫੜ ਲਓ ਫਿਰ ਉਹਨਾਂ ਨੂੰ ਕਰ ਦਿਓ ਅੰਦਰ ਫੜਦੀ ਨਹੀਂ ਹੁੰਦੀ ਹਰ ਗੱਲ ਨੂੰ ਫੜਨਾ ਜੋੜ ਦਿੰਦੇ ਨੇ ਫੜ ਲਓ ਜਦੋਂ ਫੜਨ ਜਾਣਗੇ ਇਹ ਤੇ ਕੰਮ ਉਹੀ ਹੋ ਗਿਆ ਜਿਹੜਾ ਕੇਜਰੀਵਾਲ ਦਾ ਮੇਰੇ ਤੇ ਸੀਬੀਆਈ ਰੇਡ ਕਰਾ ਲਓ ਜਦੋਂ ਰੇਡ ਹੋ ਗਈ ਕਹਿੰਦਾ ਮੇਰੇ ਘਰ ਸੀਬੀਆਈ ਨੇ ਰੇਡ ਕਰਦੀ ਦੇਖੋ ਮੋਦੀ ਨੇ ਮੇਰੇ ਘਰ ਰੇਡ ਕਰਾਦੀ ਇਹ ਤੇ ਗੱਲਾਂ ਹੁੰਦੀਆਂ ਕਰਨਦੀਆਂ ਪਹਿਲਾਂ ਆਪਾਂ ਮੁੱਦਿਆਂ ਤੇ ਰਹੀਏ ਮੁੱਦਾ ਜੇ ਇੱਕ ਹੈਗਾ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ ਇਹ ਗੱਲ ਜਦੋਂ ਤਾਈਂ ਸਿੱਖ ਦੇ ਮਨ ਦੇ ਅੰਦਰ ਨਹੀਂ ਉਤਰਦੀ ਇਹ ਕਦੀ ਆਪਣੇ ਸਕੇ ਨਹੀਂ ਹੋ ਸਕਦੇ ਆਪਣੇ ਚਿਹਰਾ ਮੋਹਰਾ ਦੇਖਿਆ ਉਹਨੇ ਜਿਵੇਂ ਮੁੰਨੀ ਪੇੜ ਹੁੰਦੀ ਆ ਯਾਰ ਹੁਣ ਇਹ ਸਿੱਖੀ ਦੀ ਗੱਲ ਕਰਨਗੇ ਸੁਖੀ ਰੰਧਾਵਾ ਜੀ ਕਹਿ ਰਹੇ ਨੇ ਸ਼੍ਰੋਮਣੀ ਕਮੇਟੀ ਪਰ ਕੱਲ ਤੇ ਕੈਪਟਨ ਸਾਹਿਬ ਨੇ ਪਰਦਾ ਹੀ ਹਟਾਤਾ ਸਾਰੀ ਦੀ ਸਾਰੀ ਗੇਮ ਤੋਂ ਕੈਪਟਨ ਸਾਹਿਬ ਨੇ ਖੁਦ ਪਰਦਾ ਹਟਾਤਾ ਪਰਸੋਂ ਉਹਨਾਂ ਨੇ ਖੁਦ ਐਚਟੀ ਕੌਨਕਲੇਵ ਅੰਦਰ ਇਹ ਗੱਲ ਬੋਲੀ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੋਣੀ ਆ ਕਿਉਂ ਕੋਣੀ ਖੋਣੀ ਆ ਬਈ ਸਿੱਖਾਂ ਦੀ ਜਮਾਤ ਆ ਸਿੱਖ ਫੈਸਲਾ ਕਰਨਗੇ ਕਿਹਦੇ ਕੋ ਜਾਨੀ ਖੋਣ ਵਾਲਾ ਕੌਣ ਹੁੰਦਾ ਸਾਡੇ ਤੋਂ ਤੁਸੀਂ ਇਹ ਲੋਕਾਂ ਨੂੰ ਕਹੋ ਕਿ ਅਸੀਂ ਲੋਕਾਂ ਨੂੰ ਦੱਸਣਾ ਕਿ ਕਿਹਨੂੰ ਵੋਟ ਪਾਣੀ ਕਿਹਨੂੰ ਨਹੀਂ ਪਾਣੀ ਅਸੀਂ ਲੋਕਾਂ ਪਰ ਤੁਸੀਂ ਕੋ ਅਸੀਂ ਸੜ ਤੋਂ ਖੋਣੀ ਆ ਮਤਲਬ ਤੁਹਾਡੀ ਕਾਂਗਰਸ ਦੀ ਮਾਨਸ ਟੱਕ ਤੱਕ ਖੋਣ ਦੀ ਸੜ ਤੋਂ ਗਈ ਨਹੀਂ ਸੜ ਤੇ ਹੱਲੇ ਮਰਨ ਦੀ ਗਈ ਨਹੀਂ ਸਾਰ ਸਾਹਿਬ ਜਿਹੜੇ ਅਲਫਾਜ਼ ਇਸਤੇਮਾਲ ਕਰਦੇ ਪਏ ਨਾ ਸੜ ਤੋਂ ਖੋਣੀ ਆ ਇਹ ਸਾਡੀ ਗੱਲ ਨਹੀਂ ਹੋ ਰਹੀ ਇਹ ਸਿੱਖਾਂ ਤੋਂ ਖੋਣ ਦੀ ਗੱਲ ਕਰਦੇ ਪਏ ਆ ਔਰ ਕੋਈ ਸਿੱਖ ਬਰਦਾਸ਼ਤ ਨਹੀਂ ਕਰੂ ਕਿ ਕਾਂਗਰਸ ਸੋਨੀਆ ਗਾਂਧੀ ਹੁਣ ਸ਼੍ਰੋਮਣਿਕ ਬਣ ਚਲੋ ਤੁਸੀਂ ਵੀ ਲਾਂਦੇ ਰਹੇ ਹੋ ਲੋਕ ਵੀ ਲਾਂਦੇ ਰਹੇ ਨੇ 1984 ਸਿੱਕਤ ਲਿਆਂਦਾ ਸਾਖਾ ਨੀਲਾ ਤਾਰਾ ਦਾ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਸਾਰੇ ਆਪਣੇ ਇਲ ਪਰ ਤੁਸੀਂ ਫਸ ਗਏ ਬਿਲਕੁਲ ਕੀਤਾ ਫਸ ਗਏ ਨਾ ਬਿਲਕੁਲ ਕੀਤਾ 100% ਕੀਤਾ ਫਿਰ ਕਾਂਗਰਸ ਮੈਂ ਤਾਂ ਪਹਿਲਾਂ ਕਿਹਾ ਕਿ ਡੇਢ ਸਾਲ ਜਿਹੜਾ ਮੈਂ ਸਾਜ਼ਿਸ਼ ਦੇਖਦਾ ਮੈਂ ਇੰਨੇ ਸਾਲਾਂ ਦੀ ਸਟੱਡੀ ਕਰ ਲਈ ਮੈਨੂੰ ਇੰਨੇ ਸਾਜ਼ਿਸ਼ਕਾਰ ਲੋਕ ਕਦੀ ਦਿਖਾਈ ਨਹੀਂ ਦਿੱਤੇ ਜੋ 에ਅਰ ਕਿਨਾਂ ਸਾਜ਼ਿਸ਼ ਦਾ ਕੇਰਾ ਕੇ ਰਿਆ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਔਰ ਸਾਰੇ ਤੁਸੀਂ ਕਿਸੇ ਸਿੱਖ ਨੂੰ ਜਾ ਕੇ ਪੁੱਛ ਰਹੇ ਹੋ ਜੇ ਜਦੋਂ ਉਹਨੂੰ ਇੱਕ ਗੱਲ ਭਾਵਨਾ ਪੁੱਛੋਗੇ ਇਹ ਗੱਲ ਤੇ ਮੈਂ ਸੱਚਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼੍ਰੋਮਣੀ ਅਕਾਲੀ ਦਲ ਇਹ ਉਹ ਜਮਾਤਾਂ ਨੇ ਜਿਨ੍ਹਾਂ ਨੇ ਹਮੇਸ਼ਾ ਕੌਮ ਦੀ ਲੜਾਈ ਲੜੀ ਲੜਦੇ ਰਹਿਣਗੇ ਪਰ ਜੇ ਆਪਾਂ ਇਹ ਕਹੀਏ ਚਾਹੇ ਕੋਈ ਧਾਰਮਿਕ ਪਾਰਟੀ ਹੋ ਕੋਈ ਸਿਆਸੀ ਪਾਰਟੀ ਹੋ ਮੈ ਕਿਹਣਾ ਚਾਹੇ ਭਾਜਪਾ ਚਾਹੇ ਸ਼੍ਰੋਮਣੀ ਚਾਹੇ ਬੀਐਸਪੀ ਆ ਚਾਹੇ ਅਸਪਾਏ ਚਾਹੇ ਕਾਂਗਰਸ ਆ ਆਪਾਂ ਕਹੀਏ ਗੁਰਦੁਆਰੇ ਕਾਂਗਰਸ ਦਾ ਅੱਛਾ ਫੜਾ ਦਾਂਗੇ ਤੇ ਕੋਈ ਸਿੱਖ ਬਰਦਾਸ਼ਤ ਕਰ ਲੂਗਾ ਕਰਕੇ ਦੇਖਿਓ ਜੀ ਇਹ ਕਹਿੰਦੇ ਨਾ ਖੋਣੀ ਆ ਇਹ ਕਿਹਦੇ ਖੋਣੀ ਆ ਇਸੇ ਇਹਨਾਂ ਦੀ ਖੋਣੀ ਵਰਡ ਨੇ ਇਹਨਾਂ ਦੀ ਸਰਕਾਰ ਖੋਣੀ ਆ ਸਾਨੂੰ ਸੱਤਾ ਦੀ ਲੋੜ ਨਹੀਂ ਅਸੀਂ ਗੁਰੂ ਘਰਾਂ ਦੀ ਸੇਵਾ 'ਚ ਬੈਠੇ ਸਾਂ ਪਰ ਸਾਡੇ ਨੂੰ ਇਹ ਕਿਹਾ ਜਾਵੇ ਅਸੀਂ ਤੁਹਾਡੇ ਤੋਂ ਗੁਰਦੁਆਰਾ ਕਮੇਟੀ ਖੋ ਲੈਣੀ ਆ ਕੌਣ ਹੁੰਦਾ ਸਾਡੇ ਤੋਂ ਗੁਰਦੁਆਰਾ ਕਮੇਟੀ ਖਾਣ ਵਾਲੇ ਸਿੱਖ ਤੈਅ ਕਰਨਗੇ ਸਿੱਖਾਂ ਦਾ ਫੈਸਲਾ ਸਿੱਖ ਤੈਅ ਕਰਨਗੇ ਤੁਸੀਂ ਨਹੀਂ ਖੋ ਕੇ ਸਾਡੇ ਤੋਂ ਸਕਦੇ ਠੀਕ ਹੈ ਹੁਣ ਵੱਡੀ ਗੱਲ ਇਹ ਆ ਕਿ ਤੁਹਾਨੂੰ ਲੱਗਦਾ ਕਿ ਜਿਹੜੇ ਡੈਂਟ ਪਏ ਨੇ ਉਹ ਡੈਂਟ ਇਹਨਾਂ ਰੈਲੀਆਂ ਨਾਲ ਭਰ ਜਾਣਗੇ ਨਹੀਂ ਭਰਣਗੇ ਫਿਰ ਬਿਲਕੁਲ ਨਹੀਂ ਕੋਈ ਗਰਾਊਂਡ ਤੋਂ ਕੁਝ ਕਰੀ ਨੀ ਤੇ ਨਹੀਂ ਦੇਖੋ ਇਹ ਗੱਲ ਕੰਮ ਗੱਲ ਸ਼੍ਰੋਮਣੀ ਕਮੇਟੀ ਆਪਣਾ ਕੰਮ ਕਰਦੀ ਸ਼੍ਰੋਮ ਨਹੀਂ ਕਾਲੇ ਦਲ ਆਪਣਾ ਕੰਮ ਕਰਦੀ ਆ ਆਪਾਂ ਇਹਨਾਂ ਨੂੰ ਹਮੇਸ਼ਾ ਜੋੜ ਕੇ ਦੇਖਣ ਲੱਗ ਪਏ ਨੇ ਜਦੋਂ ਆਪਾਂ ਜੋੜ ਕੇ ਦੇਖਾਂਗੇ ਨਾ ਤੇ ਫਿਰ ਤੁਹਾਨੂੰ ਨੁਸਖ ਦਿਖਾਈ ਦੇਣਗੇ ਦੇਣਗੇ ਕਿਉਂਕਿ ਸ਼੍ਰੋਮ ਨਹੀਂ ਅਕਾਲੀ ਦਲ ਨੇ ਹਰ ਪੰਜਾਬ ਦੇ ਚਾਹੇ ਉਹ ਕਿਸੇ ਧਰਮ ਦਾ ਵਾਸੀ ਹੋਵੇ ਉਹਦੀ ਗੱਲ ਨੂੰ ਸੁਣਨਾ ਹੈ ਸ਼੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਪੰਥ ਦੀ ਸਿੱਖੀ ਦੀ ਪਰਪਰਾ ਦੀ ਵਾਸਤੇ ਉਹਨਾਂ ਦੇ ਵਾਸਤੇ ਪੈਰਾ ਦੇਣਾ ਹੈ ਇਸ ਕਰਕੇ ਜਿਹੜੇ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਹੀ ਕਰਨੇ ਪੈਣੇ ਨੇ ਤੇ ਜਿਹੜੇ ਸ਼੍ਰੋਮਣੀ ਕਾਲ ਦਲ ਦੇ ਕੰਮ ਆ ਸਰਕਾਰ ਦੀ ਖਿਲਾਫਤ ਕਰਕੇ ਸਰਕਾਰ ਤੋਂ ਮਨਾਉਣਾ ਉਹ ਚੀਜ਼ਾਂ ਜਿਹੜੀਆਂ ਸਰਕਾਰ ਪੰਜਾਬ ਦੇ ਹਿੱਤ ਚੋਣਾਂ ਦੀ ਲੜਾਈ ਲੜਨੀ ਚਾਹੇ ਅੱਜ ਤੋਂ ਲੈ ਕੇ SBYL ਤੋਂ ਲੈ ਕੇ ਚਾਹੇ ਪੰਜਾਬੀ ਸੂਬੇ ਤੋਂ ਲੈ ਕੇ ਚਾਹੇ ਪੰਜਾਬੀਆਂ ਤੋਂ ਲੈ ਕੇ ਚਾਹੇ ਚੰਡੀਗੜ੍ਹ ਤੋਂ ਲੈ ਕੇ ਇਹ ਲੜਾਈ ਸ਼੍ਰੋਮਣੀ ਕਮੇਟੀ ਨਹੀਂ ਲੜ ਸਕਦੀ ਇਹ ਸ਼੍ਰੋਮਣੀ ਕਮੇਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਹੀ ਲੜੂਗੀ ਔਰ ਇਹ ਮੁੱਦੇ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਇਸ ਸਿੱਧਾ ਸਭ ਕੁਝ ਰੈਲੀਆਂ ਠੀਕ ਕਰਨੀਆਂ ਗਿਆ ਇਹ ਵੀ ਨਹੀਂ ਹੁੰਦਾ ਲੋਕਾਂ ਨੂੰ ਤੁਹਾਨੂੰ ਆਪਣੀ ਭਾਵਨਾ ਨੂੰ ਜ਼ਾਹਿਰ ਕਰਨਾ ਪਊ ਹੂੰ ਲੋਗਾ ਦੇ ਨਾਲ ਜੁੜਨਾ ਪਊ ਲੋਗਾਂ ਨੂੰ ਇਹ ਮਹਿਸੂਸ ਕਰਾਉਣਾ ਪਊਗਾ ਕਿ ਜੋ ਤੁਹਾਡੇ ਅੰਦਰ ਆ ਨਾ ਉਹ ਤੁਹਾਡੇ ਅਲਫਾਜ਼ਾਂ ਚ ਔਰ ਲੋਗਾਂ ਦੇ ਮਨਾਂ ਚ ਉਹ ਗੱਲ ਜਾਵੇ ਤੁਹਾਡੇ ਅੰਦਰ ਤੇ ਕੁਝ ਹੋ ਰਿਹਾ ਤੁਹਾਡੇ ਅੰਦਰ ਭਾਵਨਾ ਹੈ ਪਰ ਜੇ ਤੁਹਾਡੇ ਅਲਫਾਜ਼ਾਂ ਚ ਭਾਵਨਾ ਨਹੀਂ ਆ ਰਹੀ ਤੇ ਲੋਕ ਮੰਨਣਗੇ ਲੋਕ ਸੱਤਾ ਵਾਸਤੇ ਲੋਕਾਂ ਦੀ ਗੱਲ ਕਰਨ ਵਾਸਤੇ ਲੋਕਾਂ ਦੇ ਹਿਰਿਆਂ ਹਿਰਦਿਆਂ ਚ ਵਸਣ ਵਾਸਤੇ ਕੰਮ ਕਰਨ ਦੀ ਲੋੜ ਆ ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਸਰਕਾਰ ਕੀ ਦੀ ਆ ਗਈ ਕੀ ਦੀ ਚਲੇਗੀ ਸਾਨੂੰ ਆਪਣੀ ਜਿਹੜੀ ਗੱਲ ਆ ਨਾ ਉਹ ਸਾਡੀ ਤਾਂ ਹੀ ਆ ਜੇ ਸਾਡਾ ਸਿੱਖ ਮਹਿਫੂਜ਼ ਆ ਜੇ ਸਾਡਾ ਪੰਜਾਬੀ ਮਹਿਫੂਜ਼ ਆ ਜੇ ਪੰਜਾਬ ਮਹਿਫੂਜ਼ ਆ ਤੇ ਸਭ ਕੁਝ ਹੈਗਾ ਤੇ ਜੇ ਇਹ ਹੀ ਮਹਿਫ ਤੁਸੀਂ ਵੀ ਨਹੀਂ ਹੈਗੇ ਅੱਜਕੱਲ ਨਹੀਂ ਨਹੀਂ ਤੁਹਾਡੇ ਵਰਕਰ ਜਾਂਦੇ ਨੇ ਤੁਸੀਂ ਜਾਂਦੇ ਹੋ ਤੁਹਾਡੇ ਪ੍ਰਧਾਨ ਸਾਹਿਬ ਜਾਂਦੇ ਨੇ ਅਮਰੀਕਾ ਉਹਨਾਂ ਤੱਕ ਤਾਂ ਟਾਪਾ ਚੜ੍ਹਦਾ ਜਾਂਦਾ ਤੁਸੀਂ ਆਪ ਲੋਕਾਂ ਦੀ ਮਹਫੂਜ਼ੀਅਤ ਦੀ ਗੱਲ ਕਰਦੇ ਹੋ ਹਮੇ ਤਾਂ ਦੱਸਦਾ ਹੁਣ ਤੁਸੀਂ ਉਸ ਇੰਸਟੈਂਟ ਦੀ ਗੱਲ ਕਰੋ ਜੇ ਤੁਸੀਂ ਉਹਨੂੰ ਦੋ ਲਾਈਨਾਂ ਵਿੱਚ ਮੈਨੂੰ ਗੱਲ ਨੂੰ ਖਤਮ ਕਰਦਾ ਸਰਦਾਰ ਮਨਜੀਤ ਸਿੰਘ ਜੀ ਕੇ ਗੁਰਦੁਆਰੇ ਜਾਂਦੇ ਆ ਗੁਰਦੁਆਰੇ ਦੇ ਬਾਹਰ ਆ ਕੇ ਇਹ ਲੋਕ ਜਿਹੜੇ ਨੇ ਉਹਦੇ ਤੇ ਅਟੈਕ ਕਰਦੇ ਨੇ ਗੁਰਦੁਆਰੇ ਦੇ ਵਾਲੇ ਅਟੈਕ ਨਹੀਂ ਕਰ ਰਹੇ ਸੰਗਤ ਨਹੀਂ ਉਹ 5 ਮਿੰਟ ਬਾਅਦ ਦਸਤਾਰ ਸਜਾ ਕੇ ਵਾਪਸ ਉਸ ਗੁਰਦੁਆਰੇ ਜਾਂਦੇ ਨੇ ਗੁਰਦੁਆਰੇ ਦੇ ਲੋਕ ਉਹਨਾਂ ਨੂੰ ਸਰਪਾਉ ਉਹ ਦਿੰਦੇ ਨੇ ਕਿਉਂਕਿ ਗੁਰਦੁਆਰਾ ਔਰ ਸਿੱਖਾਂ ਨੇ ਅਟੈਕ ਨਹੀਂ ਕੀਤਾ ਸੀਗਾ ਅਟੈਕ ਉਹਨਾਂ ਲੋਕਾਂ ਨੇ ਕੀਤਾ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਉਹਨਾਂ ਨੇ ਹੱਟੀਆਂ ਦੇ ਖਿਲਾਫ ਅਸੀਂ ਬੋਲਦੇ ਪਏ ਆ ਜਿਵੇਂ ਹੁਣ ਬੋਲ ਕੇ ਹੱਟੀਆਂ ਕਿ 16 16 ਕਰੋੜ ਤੁਹਾਡੇ ਖਾਤਿਆਂ 'ਚ ਆ ਜੇ ਇਹ ਬੰਦੇ ਸਾਰੇ ਉਹ ਨੇ ਇਹਨਾਂ ਦੇ ਕਿਸੇ ਦਾ ਖਾਤਾ ਚੈੱਕ ਕਰਾ ਕੇ ਦੇਖੋ ਇਹਨਾਂ ਦੇ ਕੋਈ ਵਪਾਰ ਨਹੀਂ ਕੋਈ ਕਾਰੋਬਾਰ ਨਹੀਂ ਲੋਕਾਂ ਦੇੋਂ ਸੁਭਾਵਨਾਵਾਂ ਪੜਕਾ ਕੇ ਤੇ ਡਾਲਰ ਪਾਉਂਦੇ ਨੇ ਜੇਬਾਂ 'ਚ ਤੇ ਆਪਣੀ ਦੁਕਾਨ ਚ ਨਾਉਂਦੇ ਨੇ ਇਹ ਲੋਗ ਨਾ हो ਸਕਦੀਆਂ ਨੇ ਪਰ ਮਾਫ ਕਰਨਾ 500 ਦੀ 1000 ਕਮੀ ਹੋ ਸਕਦੀਆਂ ਨੇ ਪਰ ਇੱਕ ਗੱਲ ਜ਼ਰੂਰ ਆ ਜਦੋਂ ਸਿੱਖੀ ਦੀ ਗੱਲ ਆਊਗੀ ਨਾ ਅਸੀਂ ਪਿੱਛੇ ਨਹੀਂ ਹਟਣ ਵਾਲੇ ਇਹ ਲੋਕਾਂ ਚ ਕੇਵਲ ਕੇਵਲ ਫਰਾਡ ਔਰ ਲੋਕਾਂ ਨੂੰ ਭਾਵਨਾ ਪੜਕਾਉਣ ਦੀ ਗੱਲ ਆ ਜਦੋਂ ਸਿੱਖੀ ਦੀ ਗੱਲ ਹੋਊਗੀ ਨਾ ਪੱਜ ਜਾਣਗੇ ਜੇ ਸਿੱਖ ਹੁੰਦੇ ਨਾ ਮੈਂ ਫੇਰ ਕਹਦੇ ਆ ਆ ਚਾਰ ਦਿਨ ਪਹਿਲਾਂ ਉੱਥੇ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੋਈ ਆ ਹਰਪ੍ਰੀਤ ਜੀ ਮੈਂ ਇੱਕ ਗੱਲ ਅਜ ਤੱਕ ਨਹੀਂ ਸਮਝ ਪਾਇਆ ਜਿਹੜਾ ਮੈਨੂੰ ਬੜਾ ਗੁੱਸੇ ਨਾਲ ਬੋਲਣਾ ਪੈਂਦਾ ਔਰ ਮੈਨੂੰ ਗੁੱਸਾ ਅੰਦਰੋਂ ਚੜਦਾ ਮੈਂ ਇਹ ਤਾਂ ਸੁਣਦਾ ਕਿ ਲੋਕ ਕਾਂਗਰਸ ਦੇ ਇਹ ਲੋਕ ਜਿਹੜੇ ਉੱਥੇ ਮੋਰਚੇ ਦੇ ਬੈਠੇ ਨੇ ਜਿਹੜੇ ਬੈਠੇ ਨੇ ਇਹ ਭਾਵਨਾ ਪੜਕਾਉਣ ਦੇ ਜਿਹੜਾ ਕੰਮ ਕਰ ਰਹੇ ਇਹਦੀਆਂ ਦੀ ਗੱਲ ਸੋਚ ਦੇਖੀ ਤੁਸੀਂ ਕੀ ਆ ਇਹ ਕਹਿੰਦੇ ਸ਼ਰਮ ਨੇ ਇਕੱਲੇ ਦਨ ਨੂੰ ਪਿੰਡ ਚ ਨਹੀਂ ਵੰਨ ਦੇਣਾ ਅੱਛਾ ਠੀਕ ਆ ਗੱਲ ਕੋਈ ਗੱਲ ਨਹੀਂ ਤੇ ਸੱਜਨ ਕੁਮਾਰ ਜਗਦੀਸ਼ ਟਾਇਟਰ ਖੇਤੀ ਉੱਤੇ ਆਪਣੇ ਨੇ ਨਾ ਰਜੀਵ ਗਾਂਧੀ ਗਾਂਧੀ ਪਰਿਵਾਰ ਉੱਤੇ ਆਪਣੇ ਨੇ ਨਾ ਕਾਂਗਰਸੀ ਉਹਨੂੰ ਤੇ ਅਸੀਂ ਸਰੋਪੇ ਪਾਵਾਂਗੇ ਨਾ ਜੀ ਕਾਂਗਰਸ ਨੂੰ ਸਰੋਪੇ ਪਾਓਗੇ ਸਿੱਧੂ ਜਾਊਗਾ ਉਹਨੂੰ ਸਰੋਪੇ ਪਾਉਗੇ ਜਿਹੜਾ ਸੋਨੀਆ ਦੇ ਪੈਰਾਂ 'ਚ ਪੈਂਦਾ ਜਿੰਨਿਆ ਕਾਲ ਤੱਕ ਟਾਇਆ ਉਹਦੇ ਪੈਰਾਂ 'ਚ ਸਿੱਧੂ ਜਾ ਕੇ ਲੰਮੇ ਪੈਂਦਾ ਉਹਨੂੰ ਤੇ ਅਸੀਂ ਸਰੋਪੇ ਪਾਵਾਂਗੇ ਤੇ ਜਿਹੜੇ ਉਹਦੇ ਪਿੱਛੇ ਕੁਰਬਾਨੀਆਂ ਦੇਣ ਵਾਲੇ ਲੋਕ ਨੇ ਅਸੀਂ ਉਹਨਾਂ ਨੂੰ ਪਿੰਡ 'ਚ ਨਹੀਂ ਵੜਨ ਦਾਂਗੇ ਤੇ ਫਿਰ ਤੁਹਾਨੂੰ ਕੀ ਲੱਗਦਾ ਤੁਹਾਨੂੰ ਕੀ ਕਰਨਾ ਚਾਹੀਦਾ ਇਹ ਲੋਗ ਕਾਂਗਰਸ ਦੀ ਬੋਲੀ ਬੋਲਦੇ ਨੇ ਅੱਜ ਮੈਨੂੰ ਇਹ ਕਹਿਣ ਇਹ ਅਨਾਉਂਸ ਕਰਨਾ ਇਹ ਜਿਹੜੇ ਮੋਰਚੇ ਤੇ ਬੈਠੇ ਨੇ ਇਹ ਉੱਥੇ ਅਨਾਉਂਸ ਕਿਉਂ ਨਹੀਂ ਕਰਦੇ ਕੀ ਕਾਂਗਰਸ ਦਾ ਲੀਡਰ ਕਿਹਨੂੰ ਪਿੰਡ ਚ ਨਹੀਂ ਵੜਨ ਦਿਆਂਗੇ ਸੱਜਨ ਕੁਮਾਰ ਜਗਦੀਸ਼ ਟਾਇਟਲਰ ਦੀ ਜਿਹੜਾ ਬੰਦਾ ਮੁਖਾਲਫਤ ਨਹੀਂ ਕਰੂਗਾ ਜਿਹੜਾ ਘਰ ਦੇ ਬਰ ਲੇਕਨ ਲਾਊਗਾ ਕਿ ਸੱਜਨ ਕੁਮਾਰ ਜਗਦੀਸ਼ ਟਾਇਟਲਰ ਕਾਤਲ ਨੇ ਅਸੀਂ ਉਹਨੂੰ ਪੰਜਾਬ ਚ ਨਹੀਂ ਵੜਨ ਦਿਆਂਗੇ ਇਹ ਤਾਂ ਮੈਂ ਕਦੀ ਗੱਲ ਸੁਣੀ ਨਹੀਂ ਇਹ ਕਹਿਣਗੇ ਸਾਡੇ ਖਿਲਾਫ ਹੀ ਜਿਹੜੇ ਲੜਾਈ ਲੜਨ ਵਾਲੇ ਉਹਨਾਂ ਦੇ ਖਿਲਾਫ ਬੋਲੋ ਤੇ ਜਿਨ੍ਹਾਂ ਦੇ ਖਿਲਾਫ ਲੜਨ ਵਾਲੇ ਉਹਨਾਂ ਜੱਫੀਆਂ ਪਾਓ ਇਹ ਲੋਕ ਅੱਜ ਨਹੀਂ ਸਮਝਣਗੇ ਦੋ ਦਿਨ ਬਾਅਦ ਸਮਝ ਜਾਣਗੇ ਬਹੁਤ ਬਹੁਤ ਧੰਨਵਾਦ ਸਰਸਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਇਸਨ ਮਨਜਿੰਦਰ ਸਿੰਘ ਸਰਸਾ ਔਰ ਜਿਨ੍ਹਾਂ ਨੇ ਸਾਰੀਆਂ ਗੱਲਾਂ ਸਾਡੇ ਸਾਹਮਣੇ ਰੱਖੀਆਂ ਨੇ ਔਰ ਵੱਡੀ ਗੱਲ ਇਹ ਹੈ ਕਿ ਜਿਵੇਂ ਰੈਲੀਆਂ ਦਾ ਦੌਰ ਇਹ ਕਹਿੰਦਾ ਨਹੀਂ ਜਵਾਬ ਦੇਣਾ ਬੜਾ ਜ਼ਰੂਰੀ ਹੈ ਉਹ ਵੀ ਉਦੋਂ ਜਦੋਂ ਇੱਕ ਪੰਥਕ ਪਾਰਟੀ ਦੇ ਉੱਤੇ ਅਜਿਹੇ ਧਾਰਮਿਕ ਮੁੱਦੇ ਦਾ ਇੱਕ ਸਵਾਲ ਬਣਦਾ ਹੋਵੇ ਉਹਦਾ ਜਵਾਬ ਦੇਣਾ ਬੜਾ ਜ਼ਰੂਰੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਕੀ ਰੰਗ ਲਿਆਏਗੀ ਇਹ